ਔਰਤਾਂ ਦੇ ਸੰਘਰਸ਼ ਦੀ ਕਹਾਣੀ ਬਹੁਤ ਲੰਬੀ ਆ ਤੇ ਉਹਨਾਂ ਸੰਘਰਸ਼ਾਂ ਦੇ ਵਿੱਚੋਂ ਉਹ 9 ਮਹੀਨੇ ਜੋ ਕੁਝ ਸਹਿਣ ਕਰਦੀਆਂ ਨੇ ਇਹ ਉਹੀ ਸੱਚੀ ਕਹਾਣੀ ਹੈ। ਨੂਹਾਂ ਦੇ 9 ਮਹੀਨੇ ਉੱਤਰ ਜਾ ਹੁਣ ਗਾਹ ਤੈਨੂੰ ਕੋਠੇ ਤੱਕ ਲੈ ਕੇ ਜਾਵੇ। ਆ ਜਾ ਪੁੱਤ। ਅੱਧਾ ਟਾਈਮ ਤਾਂ ਇਹੀ ਲਵਾ ਦਿੰਦੀ ਆ। 20 ਵਾਰ ਕਿਹਾ ਇਹਨੂੰ ਨਾਲ ਨਾ ਲੈ ਕੇ ਜਾਇਆਗਾ, ਫਿਰ ਵੀ ਲੈ ਕੇ ਜਾਂਦੀ ਆ। ਪਾਲਾ ਜੱਫੀ ਖੜੀ ਚੱਕ ਹੀ ਜਾਂਦੀ ਆ। ਉੱਪਰ ਲੈ ਜਾ ਹੁਣ ਇਹਨੂੰ। ਆ ਲੈ ਫੜ ਪੈਸੇ। ਬੀਬੀ ਜੀ 50 ਰੁਪਏ ਚਾਹੀਦੇ। ਉਹ 40 ਰੁਪਏ ਥੋੜੇ ਹੁੰਦੇ ਨੇ, ਜਾ ਲੈ ਜਾ। ਮੇਰੀ ਗੱਲ ਸੁਣ ਪੁੱਤ, ਬਾਹਰ ਧੁੱਪ ਬਹੁਤ ਸੀਗੀ, ਹੁਣ ਤੂੰ ਐਂ ਕਰ ਘੰਟਾ ਕੁ ਪੈ ਜਾ, ਆਰਾਮ ਕਰ ਲਾ। ਚੱਲਾ ਮੇਰਾ ਪੁੱਤ। ਲੈ ਆ ਕੇ ਪੈ ਗਈ। ਤੈਨੂੰ ਪਤਾ ਨੀ ਵੀ ਬਜ਼ੁਰਗ ਬੰਦਾ ਤੇਰੇ ਨਾਲ ਗਿਆ ਸੀ, ਜਾ ਕੇ ਸਕੰਜ ਵੀ ਬਣਾ ਦੇ। ਬਣਾ ਦਿੰਦੀ ਹਾਂ ਮੰਮੀ, ਜਦ ਤੱਕ ਤੁਸੀਂ ਪਾਣੀ ਪੀ ਲਓ। ਨਹੀਂ ਮੈਂ ਤੈਨੂੰ ਫਾਰਸੀ ਬੋਲਦੀ ਹਾਂ, ਉਹੀ ਤਾਂ ਕਹਿੰਦੀ ਹੈ ਤੂੰ ਮੈਨੂੰ ਪਾਣੀ ਪਿਆ ਦੇ, ਗਰਮੀ ਚੋਂ ਆਈ ਹਾਂ ਮੈਂ। ਮੰਮੀ ਤੁਸੀਂ ਇਕੱਲੇ ਥੋੜੀ ਨਾ ਗਰਮੀ ਦੇ ਵਿੱਚੋਂ ਆਏ ਹੋ, ਮੈਂ ਵੀ ਤਾਂ ਤੁਹਾਡੇ ਨਾਲ ਹੀ ਆਈ ਹਾਂ। ਕਿਵੇਂ ਮੇਰੇ ਨਾਲ ਜਵਾਨ ਲੜਾਉਂਦੀ ਆ, ਪਹਿਲਾਂ ਤੂੰ ਪੀ ਲਾ ਫਿਰ ਮੈਨੂੰ ਲਿਆ ਦੇ। ਕੀ ਕੌੜਾ ਕੌੜਾ ਝੱਕੀ ਜਾਂਦੀ ਹੈ, ਜਾ ਹੁਣ। ਪਹਿਲਾਂ ਹੀ ਡਾਕਟਰ ਦੀ ਗੱਲ ਸੁਣ ਕੇ ਮੇਰਾ ਦਿਮਾਗ ਖਰਾਬ ਹੋਇਆ ਪਿਆ। ਬਸ ਇਹਦੀ ਵੀ ਘਾਟ ਸੀਗੀ, ਫੇਰ ਆ ਗਈ ਮੈਨੂੰ ਗੱਲਾਂ ਸੁਣਾਉਣ। ਹੋਰ ਫਿਰ ਭਾਬੀਏ ਕਿਵੇਂ ਆ, ਜਾਇਆ ਹੀ ਡਾਕਟਰ ਕੋਲ? ਹਾਂ ਮਨਪ੍ਰੀਤ, ਜਾਇਆ ਹੀ ਮੈਂ ਡਾਕਟਰ ਦੇ। ਆ ਜਾ ਅੰਦਰ ਆ ਜਾ, ਪਾਣੀ ਲੈ ਕੇ ਆਉਂਦੀ ਹਾਂ ਮੈਂ। ਹੁਣ ਪਾਣੀ ਨਾ ਲੈ ਕੇ ਆਈ, ਹੁਣ ਤਾਂ ਮੇਰੀ ਧੀ ਰਾਣੀ ਆਈ ਆ, ਹੁਣ ਤੂੰ ਸਕੰਜਮੀ ਬਣਾ ਲਿਆਈ। ਠੀਕ ਆ ਮੰਮੀ ਜੀ। ਆ ਜਾ ਪੁੱਤ ਬੈਠ ਇੱਥੇ, ਪਰੇ ਹੋ ਨੀ, ਮੇਰੀ ਭੂਆ ਆਈ ਆ। ਹੋਰ ਪੁੱਤ ਇੰਨੀ ਗਰਮੀ ਚ ਆਈ ਆ, ਕਾਹਦੇ ਤੇ ਆਈ ਆ? ਉਹ ਮੈਂ ਕਿਹੜਾ ਜਹਾਜ਼ ਤੇ ਆਣਾ ਮੰਮੀ, ਤੁਹਾਡਾ ਜਵਾਈ ਛੱਡ ਕੇ ਗਿਆ। ਛੱਡ ਇਹਨਾਂ ਗੱਲਾਂ ਨੂੰ ਨਾ, ਡਾਕਟਰ ਕੋਲ ਗਈ ਸੀ, ਕੀ ਬਣਿਆ, ਕੀ ਕਹਿੰਦਾ ਡਾਕਟਰ? ਨੀ ਹੁਣ ਮੈਂ ਤੈਨੂੰ ਕੀ ਦੱਸਾਂ, ਜਦੋਂ ਦਾ ਮੈਨੂੰ ਪਤਾ ਲੱਗਿਆ ਨਾ ਮੇਰਾ ਤਾਂ ਦਿਮਾਗ ਖਰਾਬ ਹੋਇਆ ਪਿਆ। ਸਾਰੀ ਗੱਲ ਦੱਸਤੀ ਪਰ ਮੁੱਦੇ ਦੀ ਗੱਲ ਨਹੀਂ ਦੱਸੀ, ਮੇਰਾ ਵੀ ਦਿਮਾਗ ਖਰਾਬ ਕਰੀ ਜਾਂਦੇ ਹੋ। ਉਹ ਡਾਕਟਰ ਨੇ ਕੀ ਕਿਹਾ ਇਹ ਤਾਂ ਦੱਸ ਦੋ। ਨੀ ਦੱਸ ਦਿੰਦੀ ਆ ਡਾਕਟਰ, ਇੱਕ ਮਿੰਟ ਮੈਂ ਕੁੜੀ ਨੂੰ ਭੇਜਦਾ। ਨੀ ਦੀਪ, ਦੀਪ ਜਾ ਉੱਧਰ ਮੇਰੇ ਕਮਰੇ 'ਚ ਆ ਕੇ ਪੈ ਜਾ। ਦਾਦੀ ਮੰਮਾ ਉੱਧਰ ਏਸੀ ਨਹੀਂ ਹੈਗਾ, ਮੈਨੂੰ ਗਰਮੀ ਲੱਗਦੀ ਆ, ਮੈਂ ਸਾਈਡ ਤੇ ਪੈ ਜਾਂਦੀ ਆ। ਪੈ ਜਾਂਦੀ ਆ ਤੂੰ ਸਾਈਡ ਤੇ? ਤੂੰ ਸਾਡੀਆਂ ਮਾਵਾਂ ਧੀਆਂ ਦੀਆਂ ਗੱਲਾਂ ਸੁਣ ਕੇ ਆਪਣੀ ਮਾਂ ਕੋਲ ਚਾਉਣੀਆਂ ਨੇ? ਉੱਠ ਚੱਲ ਉੱਧਰ ਕਮਰੇ 'ਚ ਪੈ। ਬਾਲੀਆਂ ਚੁਸਤੀਆਂ ਕਰਦੀ ਆ। ਆਪਣੀ ਮਰਜ਼ੀ ਨਾ ਕਰਿਓ, ਪਰ ਮੈਂ ਤਾਂ ਇਹਨਾਂ ਨੂੰ ਬੁਰੀ ਲੱਗਦੀ ਆ, ਮੇਰੀ ਤਾਂ ਇੱਕ ਨਹੀਂ ਸੁਣਦੇ। ਨੀ ਮੈਂ ਤਾਂ ਇਹਨਾਂ ਨੂੰ ਬਥੇਰਾ ਕਿਹਾ ਸੀ ਜੇ ਤੁਸੀਂ ਨਿਆਣੇ ਬਾਰੇ ਸੋਚਣਾ ਹੋਊਗਾ ਨਾ ਮੇਰੇ ਨਾਲ ਇੱਕ ਵਾਰੀ ਸਲਾਹ ਜ਼ਰੂਰ ਕਰ ਲਿਓ, ਪਰ ਨਾ ਇਹਨਾਂ ਨੇ ਤਾਂ ਆਪਣੀ ਪ੍ਰਧਾਨਗੀ ਘੋਟਣੀ ਹੁੰਦੀ ਆ, ਇਹ ਤਾਂ ਆਪ ਹੀ ਸਿਆਣੇ ਬਣੇ ਹੋਏ ਨੇ। ਦੱਸ ਭਾਬੀ ਆਪ ਸਮਝਦਾਰ ਆ, ਉਹਨੂੰ ਸੋਚਣਾ ਚਾਹੀਦਾ ਸੀ ਵੀ ਉਹਦੇ ਪਹਿਲਾਂ ਹੀ ਕੁੜੀ ਆ। ਚੱਲ ਛੱਡ,
ਹੁਣ ਤਾਂ ਆਪਾਂ ਨੂੰ ਸੋਚਣਾ ਪੈਣਾ ਵੀ ਅੱਗੇ ਆਪਾਂ ਕੀ ਕਰਨਾ। ਨਹੀਂ ਹੁਣ ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਮੈਂ ਦੱਸ ਕੀ ਸੋਚਾਂ। ਉਹ ਮੰਮੀ ਤੁਸੀਂ ਭਾਬੀ ਨੂੰ ਲਿਜਾ ਕੇ ਫਲ ਪਵਾਓ, ਉਹ ਬਾਬਿਆਂ ਦੇ ਦਰ ਤੇ ਜਾ ਕੇ ਨੱਕ ਰਗੜੋ, ਦੇਖਿਓ ਕਿਵੇਂ ਖੈਰ ਪੈਂਦੀ। ਉਹ ਹੁਣ ਮੇਰੀ ਸੱਸ ਨੇ ਵੀ ਤਾਂ ਮੇਰੇ ਫਲ ਪਵਾਇਆ ਹੀ ਹੋਇਆ। ਨਹੀਂ ਤੇਰੀ ਸੱਸ ਨੇ ਤਾਂ ਉਦੋਂ ਫਲ ਪਵਾਇਆ ਸੀ ਜਦ ਤੇਰੇ ਨਿਆਣਾ ਠਹਿਰਿਆ ਵੀ ਨਹੀਂ ਸੀ, ਇਹਦੇ ਕੀ ਫਲ ਪਵਾਵਾਂ, ਇਹ ਤਾਂ ਦਿਨ ਟਪਾਈ ਬੈਠੀ ਆ। ਉਹ ਬਾਬਾ ਜੀ ਨੇ ਬਹੁਤ ਤਪੱਸਿਆ ਕੀਤੀ ਹੋਈ ਆ, ਉਹਨਾਂ ਨੇ ਜਿਹੜੇ ਇੱਕ ਵਾਰੀ ਮੂੰਹੋਂ ਬਚਨ ਕਰਤੇ ਨਾ ਉਹ ਪੱਥਰ ਤੇ ਲਕੀਰ ਆ, ਉਹ ਹੋਣਾ ਹੀ ਹੋਣਾ। ਉਹ ਹੁਣ ਮੇਰੇ ਵੀ ਤਾਂ ਬਚਨ ਕੀਤੇ ਹੋਏ ਨੇ ਵੀ ਮੇਰੇ ਮੁੰਡਾ ਹੀ ਹੋਊਗਾ, ਵੈਸੇ ਵੀ ਮੇਰੇ ਸਾਰੇ ਲੱਛਣ ਮੁੰਡੇ ਵਾਲੇ ਹੀ ਨੇ। ਗੱਲ ਤਾਂ ਤੇਰੀ ਹੈ ਹੀ ਨਹੀਂ, ਤੇਰਾ ਤਾਂ ਮੈਨੂੰ ਪੱਕਾ ਪਤਾ, ਗੱਲ ਤਾਂ ਆਹ ਬੁੱਝ ਦੀ ਆ, ਇਹਨੇ ਪਹਿਲਾਂ ਵੀ ਪੱਥਰ ਜੰਮਤਾ, ਕਿਤੇ ਹੁਣ ਫੇਰ ਨਾ ਪੱਥਰ ਜੰਮ ਦੇਵੇ। ਕਿਤੇ ਨਹੀਂ ਪੱਥਰ ਜੰਮਦਾ ਮੰਮੀ, ਨਾਲੇ ਤੁਸੀਂ ਮੂੰਹੋਂ ਤਾਂ ਪੱਥਰ ਵਾਲੀ ਗੱਲ ਕੱਢੋ ਹੀ ਨਾ, ਅੱਜ ਤਾਂ ਦਿਨ ਵੀ ਚੰਗਾ, ਵੀਰਵਾਰ ਆ, ਅੱਜ ਹੀ ਭਾਬੀ ਨੂੰ ਲੈ ਜਾਓ ਤੁਸੀਂ। ਨਹੀਂ ਮੈਂ ਤਾਂ ਹੁਣ ਰੜ ਕੇ ਆਈ ਹਾਂ ਧੁੱਪਾਂ ਚੋਂ, ਦੇਖਦੀ ਹਾਂ। ਉਹ ਆ ਦੇਖਣ ਦੁੱਖਣ ਦਾ ਟਾਈਮ ਨਹੀਂ ਹੈਗਾ, ਪਹਿਲਾਂ ਹੀ ਲੇਟ ਹੋ ਗਏ, ਚੰਗੇ ਰਹੋਗੇ ਜੇ ਹੁਣੇ ਚੱਲ ਜਾਓਗੇ, ਭਾਬੀ ਨੂੰ ਲੈ ਕੇ ਤੁਰ ਜਾ। ਮੈਂ ਜਾਣੀ ਹਾਂ। ਨਹੀਂ ਹਜੇ ਤੱਕ ਤੇਰੀ ਸਕੰਜਮੀ ਨਹੀਂ ਬਣੀ, ਕਿੰਨਾ ਟਾਈਮ ਹੋ ਗਿਆ ਕੁੜੀ ਆਈ ਨੂੰ। ਮੰਮੀ ਮੈਂ ਸਕੰਜਮੀ ਕਿੱਥੋਂ ਬਣਾਉਂਦੀ, ਨਿੰਬੂ ਤਾਂ ਇੱਕ ਵੀ ਨਹੀਂ ਸੀ ਪਿਆ, ਫਿਰ ਮੈਂ ਰੂਹ ਅਫਜਾ ਹੀ ਬਣਾਤਾ। ਤੈਨੂੰ ਜਿੰਨਾ ਮਰਜ਼ੀ ਕਹਿ ਲਵਾਂ, ਕਰਨੀ ਤਾਂ ਤੂੰ ਆਪਣੀ ਮਰਜ਼ੀ ਓ ਹੁੰਦੀ ਆ, ਫੂਕ ਤਾਂ ਹੁਣ ਮਨ ਮਿੱਠਾ ਇਹਦੇ ਵਿੱਚ। ਮੰਮੀ ਤੁਸੀਂ ਹਰੇਕ ਗੱਲ ਮੈਨੂੰ ਸੁਣਾ ਕੇ ਕਿਉਂ ਕਹਿੰਦੇ ਹੁੰਦੇ ਹੋ, ਉਹ ਜੇ ਮੈਂ ਸਕੰਜਮੀ ਬਣਾਉਂਦੀ ਨਾ ਇਹਦੇ ਨਾਲੋਂ ਵੱਧ ਮਿੱਠਾ ਉਹਦੇ 'ਚ ਪੈਣਾ ਸੀ, ਇਹ 'ਚ ਤਾਂ ਫਿਰ ਘੱਟ ਪਿਆ। ਠੀਕ ਆ ਠੀਕ ਆ, ਹੁਣ ਆਪਣੇ ਆਪ ਪੀ ਲੈਣਗੇ, ਤੂੰ ਮੇਰੇ ਨਾਲ ਚੱਲ। ਨਾਲ ਚੱਲਾ ਪਰ ਕਿੱਥੇ? ਪਹਿਲਾਂ ਹੀ ਕਿੱਥੇ ਕਹਿ ਦੇ, ਜੇ ਕੰਮ ਬਣਨਾ ਨਾ ਤਾਂ ਵੀ ਨਹੀਂ ਬਣਨਾ, ਚੁੱਪ ਕਰਕੇ ਮੇਰੇ ਨਾਲ ਚੱਲ ਪਾ, ਮੈਨੂੰ ਪੁੱਛੀ ਨਾ ਵੀ ਕਿੱਥੇ ਜਾਣਾ। ਠੀਕ ਆ ਮੰਮੀ, ਮੈਂ ਇੱਕ ਵਾਰ ਬਸ ਦੀਪ ਨੂੰ ਰੋਟੀ ਖਵਾ ਦਾਂ, ਫਿਰ ਜਿੱਥੇ ਕਹੋਗੇ ਆਪਾਂ ਉੱਥੇ ਚੱਲਦੇ ਹਾਂ। ਨਹੀਂ ਤੂੰ ਪਹਿਲਾਂ ਹੀ ਕੁੜੀ ਨੂੰ ਘੜੀਸ ਲਿਆ ਕਰ ਵਿੱਚ, ਜੇ ਉਹ ਘੰਟਾ ਦੋ ਘੰਟੇ ਨਹੀਂ ਖਾਊਗੀ ਨਾ ਕੁਛ ਨਹੀਂ ਹੋਣ ਲੱਗਿਆ, ਤੂੰ ਮੇਰੇ ਨਾਲ ਚੱਲ। ਐਂ ਕਿਵੇਂ ਮੰਮੀ ਚੱਲ ਪਾ, ਉਹ ਕੁੜੀ ਨੇ ਨਾ ਸਵੇਰ ਦੀ ਰੋਟੀ ਖਾਧੀ ਹੋਈ ਆ, ਮੈਂ ਪਹਿਲਾਂ ਉਹਨੂੰ ਕੁਛ ਖਵਾਉਂਗੀ ਫਿਰ ਤੁਹਾਡੇ ਨਾਲ ਚੱਲੂੰਗੀ। ਮੈਂ ਨਾ ਮਨਪ੍ਰੀਤ ਨੂੰ ਕਹਿ ਦਿੰਦੀ ਹਾਂ, ਉਹ ਰੋਟੀ ਖਵਾ ਦਿੰਦੀ ਆ, ਤੂੰ ਤੁਰਪਾ ਮੇਰੇ ਨਾਲ, ਲੇਟ ਹੋਈ ਜਾਂਦੀ ਹਾਂ ਮੈਂ। ਨਹੀਂ ਹੁਣ ਇੱਧਰ ਕੀ ਕਰਨ ਚੱਲੀ ਆ? ਮੰਮੀ ਮੈਨੂੰ ਇੱਕ ਮਿੰਟ ਦਊਂਗੇ, ਮੈਂ ਇੱਕ ਮਿੰਟ ਕੁੜੀ ਨੂੰ ਦੇਖ ਤਾਂ ਲਵਾਂ ਵੀ ਸੁੱਤੀ ਪਈ ਆ ਕਿ ਨਹੀਂ ਪਈ। ਉਹ ਇੱਧਰ ਨਹੀਂ ਪਈ, ਇੱਧਰ ਪਈ ਆ। ਇੱਧਰ ਕਿਵੇਂ ਚਲੀ ਗਈ ਉਹ? ਬਾਬਾ ਜੀ ਅਸੀਂ ਲੋਕਲੇ ਹਾਂ, ਤੁਸੀਂ ਮੇਰੀ ਬੇਟੀ ਦੇ ਫਲ ਪਾਇਆ ਸੀ, ਹੁਣ ਮੇਰੀ ਨੂੰਹ ਤੇ ਵੀ ਕਿਰਪਾ ਕਰੋ। ਕਰ ਦਾਂਗੇ, ਕਿਰਪਾ ਕਰਨ ਨੂੰ ਤਾਂ ਅਸੀਂ ਬੈਠੇ ਹਾਂ। ਬਾਬਾ ਜੀ ਤੁਹਾਡੀ ਮਹਿਮਾ ਦੇ ਚਰਚੇ ਬਹੁਤ ਦੂਰ ਦੂਰ ਤੱਕ ਨੇ, ਤੁਹਾਡੇ ਭਗਤ ਕਹਿੰਦੇ ਨੇ ਜੋ ਤੁਹਾਡੇ ਦਰਬਾਰ ਵਿੱਚ ਆ ਗਿਆ ਉਹ ਖਾਲੀ ਹੱਥ ਨਹੀਂ ਜਾਂਦਾ। ਇਹ ਤਾਂ ਹੁਣ ਭਗਤ ਹੀ ਜਾਣਦੇ ਨੇ,
तू दस बीबी की चाहनी आ। बाबा जी यह मेरी नौ आ, पहला ये कुड़ी आ, हूँ इन फिर दिन टप्पे हुए ने, बस ऐसी कृपा करो भी मुंडा हो जाए, जानी मेरे पोता। पोता तो तेरे हो जू, पर पहला देखना पैना निगाह मार के। मारो निगाह बाबा जी, खोल दो साडे भाग। अखा बंद कर बीबी। मेरे वाल की देखी जानी है? बाबा जी ने कहा अखा बंद कर, अखा बंद कर। नहीं नहीं, ये नहीं हो सकता, ये नहीं हो सकता। की नहीं हो सकता बाबा जी, की नहीं हो सकता? तेरी नूह कोल मुंडा नहीं, कन्या जन्म लूगी। नहीं बाबा जी नहीं, सानू कन्या नहीं चाहिए, सानू तुसी जो भी सेवा लावोगे असी ओही कर दांगे, मैनू पोता चाहिए। करमा च मुंडा है तो नहीं, पर देख लेना जे बाबा जी मानते ने। हाँ जी हाँ जी, देखो बाबा जी। बकरा दारू 11,000 रुपया। शुकर कर बीबी शुकर कर, टाइम नाल आ गई, जे कितने एक दिन टप जाता कुछ नहीं सी होना। शुकर है बाबा जी शुकर है। शुकर मेरा नहीं ओदा कर। चोली कर बीबी, चोली कर, चोली कर बीबी। आ चक मुंडा। बाबा जी बहुत बहुत शुक्र है थोड़ा, तुसी सेवा ला दो। सेवा किन्नी है? 11,000 रुपया पहला, नाल एक बकरा, दारू की बोतल, ते जिदने मुंडा हो गया उदो 7 दिन तो बाद 31,000 रुपया। ठीक है बाबा जी, हो जूगा, मैं कर दूंगी। ठीक है बीबी, पर तेरी नूह नू मेरे ते यकीन नहीं लगता, कुछ बोल दियो ही नहीं। बाबा जी एदा तो मूँह यह जा, ये बोल दी नहीं, बस तुसी कृपा करती यही बहुत है। चोली कर बीबी, पल पवाला। बाबा जी चोली दे विच दा मुंडा, मुंडा तुसी पहला पाता, फल बाद च पौन लगे हो, बाद च पैंदा हुंदा फल। चुप कर जा, फल पवाला, जिकण बाबा जी कहंदे ने ओकण कर। तैनूं कुछ गल्लां कहण लग्या, उन्हां दा ध्यान रखी। एक तो यह फल नूं घर दी नहीं लगनी चाहीदी, दूजा फ्रिज च नहीं रखना, तीजा किसी होर बंदे दा इहनूं हाथ नहीं लगना चाहीदा। नाले एक होर बहुत जरूरी गल, सवेरे उठदे सार तेरे मत्थे बंदा लगना चाहीदा, कोई कन्या या औरत नहीं लगनी चाहीदी। जी बाबा जी, जिकण तुसी कहोगे असी ओकणे करांगे। बस इन्ना ख्याल रखी। जा बीबी तू बाहर जा, तेरी सस नाल मैं कोई गल करनी है। जी बाबा जी हो जूगा। बस फिर कृपा भी होगी, जा बीबी तू भी जा। चलिए मम्मी। चल तो मैं पैनी हाँ, तू बाबे मुरे बकवास किवें करदी सी, चोरां वांगू किवें झाकदी सी, ना गहा बाबा चोर है। मम्मी मैं कदों कहा भी बाबा चोर आ, नाले जिवें देखी दा ना उवें देखदी सी। ओ चल देखदी आ जिकन देखदी सी, पर तू चुप क्यों सी, बोलदी क्यों नहीं सी? मैं की बोलदी मम्मी, तुसी बोली तो जांदे सी। मिंदो मैं तेरे करके बहुत मत्थे रगड़े ने, हुण खूह च इट ना सट दी, जिकण बाबे ने कहा ना ओकण कर ली। ठीक है मम्मी जी।
जे कोई भुल चुक होगी ना फिर पत्थर जमता फिर देखी मेरे तो बुरा कोई नहीं। मम्मी मेरे की हाथ वासा भी मुंडा होगा ज कुड़ी होगी वो ये तो रब की दात आ ना जे बंदे दे हाथ वस हुंदा भी ना तो इस दुनिया के उत्ते कोई औरत तो जन्म ही ना लेंदी। चुप कर जा सारा कुछ तेरे हाथ वास आ तेनू बाबा जी ने कहा ना भी तीवी जात नू मत्थे नहीं लाउणा ते तैं नहीं लाउणा। चल हुण चल तुर दिलिए तीवी जात आ मम्मी तुसी भी हो तुसी भी मेरे ना मत्थे ना लग्यो। मिंदो दीप सुती पई है दीप पुत्त कि मैं गर्मी च भिजी पई है दीप ओ दीप पुत्त उठ। हां जी डैडी। पुत्त तेरी मम्मी किथे है? मम्मी मम्मी घर ही है। फिर पुत नेड़े ही गए होने तू इतने गर्मी च पई है नाल दे कमरे च आ जा एसी लग्या होया। पापा मैनू दादी ने कहा सीगा उधर नहीं जाना इधर ही रहना मैं मम्मा को जाना मम्मा किधर आ मम्मा को जाना। आ जांदी है मम्मा नेड़े ही होनी है पुत मैं फोन करके पूछना किथे है तू। अच्छा मैनू गल दस तेरा बर्थडे आ रहा की लेना पुत? मैं कुछ नहीं लेना मैनू मम्मा को जाना मम्मा किधर आ। चल दे चल आ जा मम्मी को लेके चल आ मम्मा। दीप पुत आ जा